किंचुलिए प्रदेश प्रोग्राम च थोड़ा सब का स्वागत है। अज असि थानू लेके चल रहे हैं इंग्लिश वर्ड्स अ यूनिट बाय शिंगारी शॉप नंबर 207576 फर्स्ट फ्लोर शिंगारी कॉम्पलैक्स बलदेव नगर अंबाला सिटी। इत्थे आइल्स पीटी ते स्पोकन इंग्लिश के कोर्सेस करवाए जाते हैं। इस नाल नाल बाहर जाने वाले विद्यार्थियों के लिए स्टडी वीज़ा का भी इंतजाम किया जाता है। अगर तुम बाहर जाने के इच्छुक हो तो इंग्लिश वर्ड्स अ यूनिट बाय शिंगारीज जरूर विजिट करो। साड़ी टीम ने ट्रेनिंग हासिल कर रहे विद्यार्थियों नाल गलबात की। आओ लेके चलते हैं थानू इंग्लिश वर्ड्स अ यूनिट बाय शिंगारीज अंबाला। Confident before joining the institute, I was like demotivated, and but by meeting Param ma'am, she really like motivates me in most of the modules, and I feel confident after joining this. Kaisa lag raha aapko ya? I feel very good about this institute because this involvement was very good. Teachers are so friendly. ਬੇਟਾ ਕਿੱਦਾਂ ਦੇ ਢੰਗ ਦੇ ਨਾਲ ਇਹ ਪੜ੍ਹਾਉਂਦੇ ਨੇ ਟੀਚਰਸ? ਕੀ ਤੁਹਾਨੂੰ ਜਿਹੜਾ ਸਾਰਾ ਸਮਝਾਇਆ ਜਾਂਦਾ ਹੈਗਾ ਉਹਦਾ ਤਾਂ ਨਹੀਂ ਗੱਲ ਵੀ ਬਾਉਂਸਰ ਚਲੇ ਜਾਂਦੇ ਆ, ਇੰਗਲਿਸ਼ ਸਪੀਕਿੰਗ ਕਰਕੇ ਬੜੀ ਆਈ ਆਈ ਉਹ ਚਲੇ ਜਾਂਦੇ ਆ, ਕਿ ਤੁਹਾਨੂੰ ਬਿਲਕੁਲ ਆਰਾਮ ਨਾਲ ਪੜ੍ਹਾਉਂਦੇ ਨੇ ਜਿੱਦਾਂ ਆਪਾਂ ਪਹਿਲਾਂ ਪੜ੍ਹਦੇ ਸੀਗੇ ਉਹੀ ਕਲਾਸਾਂ ਵਾਂਗੂ ਕਲਾਸਾਂ ਲੱਗ ਰਹੀਆਂ? ਆਲ ਟੀਚਰਸ ਆਰ ਵੈਰੀ ਸਪੋਰਟਿਵ ਐਂਡ ਫਰੈਂਡਲੀ ਇਨ ਨੇਚਰ, ਦੇ ਸਪੋਰਟ ਦੇ ਆਲਸੋ ਗਾਈਡ ਵੈਨ ਵੀ ਸਟਕ ਇਨ ਅ ਸਿਚੁਏਸ਼ਨ ਔਰ ਵੀ ਫੇਸ ਡਿਫੀਕਲਟੀ ਇਨ ਦੀ ਟੋਪਿਕ। And as far as time is concerned, there is no time limit. You can attain so much of attention from the teachers. There is no time limits bounds when teachers are available all the time for us when we face any difficulty. Beta, how are you feeling? I feel really good about this institution. All the teachers are very cooperative and teaching method is good. ਮਹਿਸੂਸ ਕਰਦੇ ਇੱਥੇ ਪੜ੍ਹ ਕੇ? ਸੋ ਜਿੱਦਾਂ ਕਿ ਮਤਲਬ ਮੈਨੂੰ ਜਦੋਂ ਮੈਂ ਇੰਸਟੀਟਿਊਟ ਜੁਆਇਨ ਕੀਤਾ ਤਾਂ ਮੇਰੀ ਇੰਪਰੂਵਮੈਂਟ ਕਾਫੀ ਹੋਈ ਹੈ। ਬਾਕੀ ਪਹਿਲਾਂ ਜਦੋਂ ਮੈਂ ਕਿਤੇ ਕਿਸੇ ਹੋਰ ਇੰਸਟੀਟਿਊਟ 'ਚ ਸੀਗੀ ਮੈਨੂੰ ਆਪਣੀ ਇੰਪਰੂਵਮੈਂਟ ਇੰਨੀ ਨਹੀਂ ਦੀ ਸੀ। ਜਦੋਂ ਤੋਂ ਮੈਂ ਮਤਲਬ ਇਸ ਸੈਂਟਰ ਨੂੰ ਜੁਆਇਨ ਕੀਤਾ ਆ ਤਾਂ ਮਤਲਬ ਮੇਰੀ ਲੱਗਦਾ ਕਿ ਮੈਡਮ ਜਿਹੜੀ ਹੈਗੀ ਉਹ ਇੱਕ ਬੈਕਬੋਨ ਔਰ ਰੀਅਲ ਜਿੱਦਾਂ ਤੁਹਾਨੂੰ ਮੋਟੀਵੇਟ ਕਰ ਰਹੀ ਹੈਗੀ ਆ, ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ, ਜਨਰਲ ਨੌਲੇਜ ਦੀ ਗੱਲ, ਜਨਰਲ ਲਾਈਫ ਦੀ ਗੱਲ, ਉਹ ਹਰ ਚੀਜ਼ ਦੇ ਲਈ ਤੁਹਾਨੂੰ ਉਹ ਮੋਟੀਵੇਟ ਕਰੇ। ਹਾਂਜੀ, ਉਹ ਹਰੇਕ ਚੀਜ਼ 'ਚ ਮਤਲਬ ਸਾਡੇ ਨਾਲ ਕੋਪਰੇਟ ਕਰਦੇ ਨੇ। ਜੇ ਸਾਨੂੰ ਕਿਸੇ ਵੀ ਮੋਡਿਊਲ 'ਚ ਡਿਫੀਕਲਟੀ ਹੁੰਦੀ ਹੈ ਜਾਂ ਸਾਡੀ ਇੰਪਰੂਵਮੈਂਟ ਨਹੀਂ ਹੁੰਦੀ ਤਾਂ ਸਾਨੂੰ ਬੜੇ ਬਰੀਫ 'ਚ ਸਮਝਾਉਂਦੇ ਨੇ ਕਿ ਤੁਸੀਂ ਨਹੀਂ ਇੱਦਾਂ ਨਹੀਂ ਇੱਦਾਂ ਕਰੋ। ਥਿੰਗ ਦੈਟ ਆਈ ਲਾਈਕ ਅਬਾਊਟ ਦਿਸ ਇੰਸਟੀਟਿਊਸ਼ਨ ਇਜ਼ ਪਰਮ ਮੈਮ, ਸ਼ੀ ਇਜ਼ ਸੋ ਸਵੀਟ ਐਂਡ ਸ਼ੀ ਇਜ਼ ਸੋ ਹੈਲਪਫੁਲ। ਲਾਈਕ ਮਾਈ ਰੀਡਿੰਗ ਵਾਸ ਵੈਰੀ ਬੈਡ ਬਟ ਸ਼ੀ ਹੈਲਪ ਮੀ ਅਲੋਟ, ਨਾਓ ਮਾਈ ਇੰਗਲਿਸ਼ ਇਜ਼ not good but almost satisfactory. I am feeling good here. Teachers are all cooperative. So main thing is here teachers give me extra time to clear the misconceptions and all kinds of things. So I really like this institute. ਹਾਂ ਜੀ, ਦੇਖਦੇ ਆ ਨੇ ਆਪਣਾ ਆਈਲੈਟਸ ਹੋ ਗਈ ਆਪਣੀ ਤੇ ਹੁਣ ਲੱਗਦਾ ਨਾ ਹੌਲੀ ਹੌਲੀ ਜਦੋਂ ਆਈਲੈਟਸ ਦੇ ਜਦੋਂ ਇੰਟਰਸਟ ਪੈ ਰਿਹਾ, ਸਮਝ ਆ ਰਹੀਆਂ ਚੀਜ਼ਾਂ ਤੇ ਹੁਣ ਲੱਗਦਾ ਕਿ ਬੈਂਡਸ ਵੀ ਵਧੀਆ ਲੈ ਰਹੇ ਨੇ, ਜਿਵੇਂ ਤੁਹਾਡੇ ਮੈਡਮ ਦੇ ਇੰਨੇ ਜ਼ਿਆਦਾ ਬੈਂਡਸ ਆਏ ਨੇ ਵੀ ਜਿਹਦੇ ਨਾਲ ਮੋਟੀਵੇਸ਼ਨ ਵੀ ਮਿਲਦੀ ਹੈ। ਹਾਂਜੀ ਹਾਂਜੀ, ਬਹੁਤ ਬਹੁਤ ਵਧੀਆ ਸਮਝ ਆ ਰਿਹਾ ਜੀ ਇੱਥੇ ਆਪਣਾ, ਵਧੀਆ ਲੱਗਦਾ ਵੀ ਆ ਜਾਣਗੇ ਮੈਂ ਆਪਣੇ। ਬੇਟਾ ਕਿੱਦਾਂ ਮਹਿਸੂਸ ਕਰਦਾ? ਵਧੀਆ ਵੀ ਕਰਦੇ ਆ ਜੀ, ਮੈਂ ਥੋੜ੍ਹੇ ਦਿਨ ਹੋਏ ਮੈਨੂੰ ਆਏ। ਔਰ ਜਿੱਦਾਂ ਪਹਿਲਾਂ ਲੋਕ ਕਹਿੰਦੇ ਸੀ ਇੰਗਲਿਸ਼ ਵਾਰਦਾ ਤਾਂ ਬਹੁਤ ਵਧੀਆ ਨੇ, ਉਹ ਲੱਗਦਾ ਵੀ ਉਹ ਚੀਜ਼ ਸਹੀ ਸੀ? ਹਾਂਜੀ, ਮੈਂ ਨਾ ਫਸਟਲੀ ਵਿਜ਼ਿਟ ਇੰਗਲਿਸ਼ ਵਾਰ, ਆਈ ਓਬਜ਼ਰਵ ਦੈਟ ਇਟਸ ਲਾਈਕ ਅ ਫੈਮਿਲੀ, ਵੀ ਕੈਨ ਆਸਕ ਐਨੀਥਿੰਗ ਅਬਾਊਟ ਟਿਊਟਰਸ ਵਿਦਆਊਟ ਐਨੀ ਹੈਜੀਟੇਸ਼ਨਸ। ਵਨ ਆਫ ਮਾਈ ਟੂ ਨੇਬਰਸ ਆਲਸੋ ਰੀਸੈਂਟਲੀ ਪਾਸਡ ਆਊਟ ਫਰੋਮ ਏਅਰ ਵਿਦ ਗੁੱਡ ਬੈਂਡਸ ਐਂਡ ਇਟਸ ਵੈਰੀ ਗੁੱਡ ਇੰਸਟੀਟਿਊਟ ਇਨ ਅਮਨ ਮਾਈ ਹੋਮਟਾਊਨ। ਜਦੋਂ ਮੈਂ ਸ਼ੁਰੂ 'ਚ ਆਇਆ ਸੀ ਇੱਥੇ ਤਾਂ ਮੇਰੀ ਇੰਨੀ ਫਲੂਐਂਸੀ ਨਹੀਂ ਸੀ ਇੰਗਲਿਸ਼ 'ਚ, ਬਟ ਹੁਣ ਹੌਲੀ ਹੌਲੀ ਇੰਪਰੂਵਮੈਂਟ ਹੋ ਰਹੀ। ਔਰ ਜਿੱਦਾਂ ਇੰਗਲਿਸ਼ ਦੇ ਅਖਬਾਰਾਂ ਤੋਂ ਚੱਲਦੇ ਸੀ ਕਮੈਂਟਰੀਆਂ ਚੱਲਦੇ, ਹੁਣ ਜੀ ਕਰਦਾ ਪੜ੍ਹਨ? ਹਾਂਜੀ, ਹੁਣ ਜਦੋਂ ਇੰਪਰੂਵਮੈਂਟ ਹੋਣ ਲੱਗ ਪਈ ਤਾਂ ਹੁਣ ਥੋੜ੍ਹਾ ਜਿਹਾ ਇੰਗਲਿਸ਼ ਵੱਲ ਹੋਰ ਅਟਰੈਕਸ਼ਨ ਜੀ ਹੋ ਗਈ। ਦਰਸ਼ਕੋ ਕਿੰਝ ਜਾਈਏ ਪ੍ਰਦੇਸ਼ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇੰਗਲਿਸ਼ ਵਾਰਸ, ਇੱਕ ਐਸਾ ਇੰਸਟੀਟਿਊਸ਼ਨ ਜੋ ਪਿਛਲੇ ਇੱਕ ਸਾਲ ਤੋਂ ਵੀ ਵੱਧ ਦੇ ਸਮੇਂ ਤੋਂ ਸੇਵਾਵਾਂ ਇੱਥੇ ਦੇ ਰਿਹਾ ਹੈਗਾ, ਔਰ ਅਸੀਂ ਗੱਲ ਕਰ ਰਹੇ ਹਾਂ ਇੱਥੋਂ ਦੇ ਮੈਡਮ ਨਾਲ ਜਿਹੜੇ ਬੈਕਬੋਨ ਨੇ ਔਰ ਖੁਦ ਜਿਹੜੇ ਬਹੁਤ ਟੈਲੈਂਟਡ ਨੇ ਔਰ ਵਧੀਆ ਬੈਂਡ ਸਕੋਰ ਇਹਨਾਂ ਦੇ ਖੁਦ ਦੇ ਆਏ ਨੇ। ਮੈਡਮ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ, ਥੈਂਕ ਯੂ ਵੈਰੀ ਮਚ। ਮੈਡਮ, ਐਜ਼ ਵੀ ਹੈਵ ਸੀਨ ਕਿ ਸਾਰੇ ਬੱਚੇ ਜਿਹੜੇ ਹੈਗੇ ਤੁਹਾਡੇ ਬਹੁਤ
ਵਧੀਆ ਤਰੀਕੇ ਨਾਲ ਇੱਥੇ ਪੜ੍ਹ ਰਹੇ ਨੇ, ਉਹਨਾਂ ਦਾ ਮੈਂਟਲ ਡਿਵੈਲਪਮੈਂਟ ਹੋ ਰਿਹਾ ਹੈਗਾ, ਪਰਸਨੈਲਿਟੀ ਡਿਵੈਲਪਮੈਂਟ ਹੋ ਰਹੀ ਆ, ਜਨਰਲ ਨੌਲੇਜ ਉਹਨਾਂ ਦੀ ਕਾਫੀ ਵਧੀ ਹੋਈ ਆ। ਕੀ ਕਹਿਣਾ ਚਾਹੋਗੇ ਕਿ ਜਿਹੜੀ ਇਹ ਆਈਲੈਟਸ ਹੈਗਾ, ਸਿਰਫ ਇੰਗਲਿਸ਼ ਦੇ ਨੂੰ ਇਨਕਰੀਜ਼ ਹੀ ਨਹੀਂ ਕਰਨਾ, ਬਲਕਿ ਉਹ ਚੀਜ਼ਾਂ ਜਿਹਦੇ ਨਾਲ ਬੱਚੇ ਦਾ ਜਿਹੜਾ ਕੌਨਫੀਡੈਂਸ ਵੱਧ ਜਾਏ, ਕਿਉਂਕਿ ਉਹਨੇ ਇੱਕ ਅਣਜਾਣ ਦੇਸ਼ਾਂ ਦੇ ਵਿੱਚ ਅੱਗੇ ਜਾ ਕੇ ਆਪਣੀ ਜ਼ਿੰਦਗੀ ਬਸਰ ਕਰਨੀ ਹੈ। ਕੀ ਕਹਿਣਾ ਚਾਹੋ? ਆਈਲੈਟਸ ਸਿਰਫ ਇਹ ਨਹੀਂ ਹੈ ਕਿ ਤੁਹਾਨੂੰ ਇੰਗਲਿਸ਼ ਆਉਣੀ ਚਾਹੀਦੀ ਹੈ, ਆਈਲੈਟਸ ਅੱਗੇ ਤੁਹਾਡੀ ਜਿਹੜੀ ਅੱਗੇ ਐਜੂਕੇਸ਼ਨ ਹੈ ਉਹ ਬਹੁਤ ਡਿਫਰੈਂਟ ਹੈ ਐਜ਼ ਕੰਪੇਅਰ ਟੂ ਇੰਡੀਅਨ ਐਜੂਕੇਸ਼ਨ ਸਿਸਟਮ, ਅਤੇ ਉਸ ਹਿਸਾਬ ਨਾਲ ਤੁਹਾਨੂੰ ਉਹਨਾਂ ਲਈ ਪ੍ਰਿਪੇਅਰ ਹੋਣਾ ਬਹੁਤ ਜ਼ਰੂਰੀ ਹੈ। ਅਤੇ ਇੰਗਲਿਸ਼ ਆਪਾਂ ਸਿਰਫ ਇਹ ਨਹੀਂ ਕਿ ਤੁਹਾਨੂੰ ਬੇਸਿਕ ਸਿਖਾਤੇ, ਜੋ ਸਕੂਲ ਵਿੱਚ ਆਪਾਂ ਪੜ੍ਹਦੇ ਹਾਂ ਉਹ ਬਹੁਤ ਐਡਵਾਂਸ ਲੈਵਲ ਦੀ ਹੁੰਦੀ ਹੈ, ਬੱਚੇ ਨੂੰ ਉਸ ਹਿਸਾਬ ਨਾਲ ਪ੍ਰਿਪੇਅਰ ਕਰਨਾ ਵੀ ਉਨਾ ਹੀ ਐਫਰਟ ਮੰਗਦਾ ਹੈ। ਅਤੇ ਅਗਰ ਉਹ ਆਇਲਸ ਵਿੱਚ ਅੱਛਾ ਸਕੋਰ ਕਰਦੇ, ਇਟਸ ਨੋਟ ਕਿ ਹਾਂਜੀ ਬਸ ਰੱਟੇ ਮਾਰ ਲਏ ਪੇਪਰ ਦੇ ਤਾ, ਅੱਗੇ ਜਾ ਕੇ ਅਗਰ ਉਹਨਾਂ ਨੇ ਸਰਵਾਈਵ ਕਰਨਾ ਹੈ ਬਾਹਰਲੀ ਕੰਟਰੀ ਵਿੱਚ ਤਾਂ ਆਇਲਸ ਵਿੱਚ ਅੱਛਾ ਸਕੋਰ ਹੋਣਾ ਬਹੁਤ ਜ਼ਰੂਰੀ ਹੈ। ਅਮਨ, ਜਿੱਦਾਂ ਤੁਸੀਂ ਟਰਾਂਸਫਰਮੇਸ਼ਨ ਲਾ ਰਹੇ ਹੋ ਬੱਚਿਆਂ ਦੇ ਵਿੱਚ, ਜਿੱਦਾਂ ਲੜਕੇ ਨਾਲ ਅਸੀਂ ਗੱਲ ਕੀਤੀ ਕਿ ਪਹਿਲਾਂ ਤਾਂ ਉਹਨਾਂ ਦਾ ਬੋਡੀ ਲੈਂਗੁਏਜ ਔਰ ਹੁਣ ਦੀ ਲੈਂਗੁਏਜ ਬੜੀ ਇੱਕ ਟਰਾਂਸਫਰਮੇਸ਼ਨ ਹੈ ਬਹੁਤ ਵੱਡੀ। ਕੀ ਕਹਿਣਾ ਚਾਹੋਗੇ ਕਿ ਪਹਿਲਾਂ ਜਿੱਦਾਂ ਬੱਚੇ ਆਉਂਦੇ ਨੇ ਤੁਹਾਡੇ ਕੋਲ, ਉਹਨਾਂ ਨੂੰ ਤੁਸੀਂ ਦੇਖ ਕੇ ਉਹਨਾਂ ਦਾ ਲੈਵਲ ਉਸ ਅਨੁਸਾਰ ਉਹਨਾਂ ਨੂੰ ਕੌਂਸਲ ਕਰਦੇ ਹੋ, ਉਹਨਾਂ ਦੇ ਨਾਲ ਅਟੈਚ ਹੁੰਦੇ ਹੋ, ਧੀਰੇ ਧੀਰੇ ਉਹਨਾਂ ਨੂੰ ਇੰਗਲਿਸ਼ ਉਹੀ ਚੀਜ਼ਾਂ ਹੁੰਦੀਆਂ, ਗ੍ਰਾਮਰ ਵਗੈਰਾ ਉਹਨਾਂ ਨੇ ਪੜ੍ਹੀ ਹੁੰਦੀ ਹੈ ਪਹਿਲਾਂ, ਲੇਕਿਨ ਫੰਡੇ ਕਲੀਅਰ ਨਹੀਂ ਹੁੰਦੇ ਹੋਏ ਉਹਨਾਂ ਦੇ, ਉਹਨਾਂ ਨੂੰ ਤੁਸੀਂ ਕਲੀਅਰ ਕਰਕੇ ਉਹਨਾਂ ਨੂੰ ਬਹੁਤ ਈਜ਼ਲੀ ਉਸ ਵੇ 'ਚ ਲੈ ਕੇ ਕਿ ਜਿਹੜਾ ਅੱਜ ਦੀ ਜਿਹੜੀ ਇਸ ਇੰਸਟੀਟਿਊਸ਼ਨ ਹੈਗੀ, ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਲੈਵਲ ਦੇ ਵਿੱਚ ਹੀ ਉਸੇ ਤਰੀਕੇ ਦੇ ਨਾਲ ਹੀ ਬੱਚਿਆਂ ਨੂੰ ਉਹੀ ਐਜੂਕੇਸ਼ਨ, ਉੱਦਾਂ ਹੀ ਪੜ੍ਹਾਈ ਹੋ ਰਹੀ ਹੈ, ਉੱਦਾਂ ਹੀ ਕਲਾਸਿਸ ਲੱਗ ਰਹੀਆਂ। ਸਮਾਰਟ ਕਲਾਸਰੂਮ ਦੀ ਗੱਲ ਕਰ ਲਈਏ ਤਾਂ ਯੂ ਹੈਵ ਗੋਟ ਐਵਰੀ ਫੈਸਿਲਿਟੀ ਹੈ। ਹਾਂਜੀ, ਮਤਲਬ ਇਹ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਅਗਰ ਪੜ੍ਹਾਉਣਾ ਤਾਂ ਉਹਨਾਂ ਦੇ ਨਾਲ ਬੱਚਾ ਬਣਨਾ ਪੈਂਦਾ, ਉਹਨਾਂ ਦੇ ਦਿਮਾਗ ਵਿੱਚ ਘੁਸ ਕੇ ਉਹਨਾਂ ਦਾ ਪ੍ਰੋਬਲਮ ਜਾਣਨੀ ਪੈਂਦੀ ਕਿ ਵਟ ਦੇ ਆਰ ਫੇਸਿੰਗ ਇਨ ਪਰਟੀਕੁਲਰ। ਜਿਹੜੇ ਇੰਗਲਿਸ਼ ਵਰਡਸ ਦੇ ਤੁਸੀਂ ਹੁਣੇ ਤਾਰੀਫਾਂ ਸੁਣੀਆਂ ਨੇ, ਸਿਰਫ ਇਸ ਕਰਕੇ ਸੁਣਿਆ ਨੇ ਕਿ ਹਰ ਬੱਚੇ ਨੂੰ ਸਾਡਾ ਪੜ੍ਹਾਉਣ ਦਾ ਤਰੀਕਾ ਅਲੱਗ ਹੈ। ਵੀ ਇੱਕ ਕਲਾਸ ਤਾਂ ਨੋਰਮਲ ਲੱਗਦੀ ਹੈ, ਲੇਕਿਨ ਜਦੋਂ ਬੱਚਾ 5 ਵਜੇ ਤੱਕ ਇੱਥੇ ਰੁਕਦਾ ਹੈ, ਉਸ ਤੋਂ ਬਾਅਦ ਉਹ ਕੀ ਕਰਦਾ? 2-2.5 ਵਜੇ ਮੋਡੀਊਲ ਖਤਮ ਹੋ ਜਾਂਦੇ ਨੇ, ਉਸ ਤੋਂ ਬਾਅਦ ਉਹਦਾ ਕੀ ਕੰਮ ਹੈ? ਉਸ ਤੋਂ ਬਾਅਦ ਸਾਡਾ ਇਹੀ ਕੰਮ ਹੈ ਕਿ ਜਿਹੜਾ ਉਹਦਾ ਪਰਟੀਕੁਲਰ ਪ੍ਰੋਬਲਮ ਹੈ ਉਹਨੂੰ ਕਿਵੇਂ ਫੇਸ ਕੀਤਾ ਜਾਵੇ। ਹਰ ਬੱਚੇ ਦਾ ਲੈਵਲ ਅਲੱਗ ਹੁੰਦਾ, ਤੁਸੀਂ 4 ਬੱਚਿਆਂ ਨੂੰ ਇੱਕੋ ਦੇ ਲੈਵਲ 'ਤੇ ਨਹੀਂ ਲਾ ਸਕਦੇ। ਵੀ ਜਦੋਂ ਤੁਸੀਂ ਅਲੱਗ ਅਲੱਗ ਵੇ ਨਾਲ ਉਹਨਾਂ ਨੂੰ ਜੱਜ ਕਰਦੇ ਹੋ, ਫਿਰ ਉਹ ਆਟੋਮੈਟਿਕਲੀ ਤੁਹਾਡੇ ਸਾਹਮਣੇ ਉਹਨਾਂ ਦਾ ਰਿਸਪੋਂਸ। ਮੈਡਮ, ਜਿੱਦਾਂ ਤੁਸੀਂ ਮੌਕ ਟੈਸਟ ਜਿਹੜਾ ਹੈਗਾ ਉਹ ਐਕਸੀਡੈਂਟਲ ਜ਼ਿਆਦਾ ਲੈਂਦੇ ਹੋ ਕਿ ਜਿਸ ਦੇ ਨਾਲ ਬੱਚਿਆਂ ਨੂੰ ਹਮੇਸ਼ਾ ਦੇ ਸ਼ੁੱਡ ਬੀ ਆਵਰ ਹੈਗੀ, ਔਰ ਉਹਦੇ 'ਚ ਜਿੱਦਾਂ ਤੁਸੀਂ ਰੱਟੇ ਦੀ ਗੱਲ ਕੀਤੀ, ਰੱਟੇ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਔਰ ਬੱਚੇ ਜਿਹੜੇ ਹੈਗੇ ਆ ਉਸੇ ਵੇਲੇ ਵੀ ਪ੍ਰਿਪੇਅਰ ਹੋ ਕੇ ਵਧੀਆ ਜਿਹੜਾ ਹੈਗਾ ਉਹ, ਜਿੱਦਾਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਜਿੱਦਾਂ ਅਸੀਂ ਆਈਲੈਟਸ ਦੇ ਪੂਰੇ ਮੇਨ ਐਗਜ਼ਾਮ 'ਚ ਬੈਠੇ ਹਾਂ, ਉੱਦਾਂ ਦੀ ਤੁਸੀਂ ਫੀਲਿੰਗ ਦਿਲਾ ਦਿੰਦੇ। ਹਾਂਜੀ, ਉਹ ਤਾਂ ਬਿਲਕੁਲ ਸਰ ਜ਼ਰੂਰੀ ਹੈ, ਤਾਂ ਹੀ ਅਗਰ ਮੌਕ ਨਹੀਂ ਦਿੰਦੇ ਤਾਂ ਉਹ ਪ੍ਰਿਪੇਅਰ ਕਿਵੇਂ ਰਹਿਣਗੇ ਕਿ ਐਗਜ਼ਾਮ ਦੀ ਕੰਡੀਸ਼ਨਸ ਕਿਵੇਂ ਆਉਂਦੀਆਂ ਨੇ। ਇਹ ਤਾਂ ਬਹੁਤ ਜ਼ਰੂਰੀ ਹੈ ਐਗਜ਼ਾਮ ਕੰਡਕਟ ਕਰਨਾ ਤਾਂ। ਔਰ ਉਹਦੇ ਨਾਲ ਨਾਲ ਜਦੋਂ ਬੈਂਡ ਸਕੋਰ ਤੁਹਾਡੇ ਬੱਚੇ ਅਟੇਨ ਕਰਦੇ ਨੇ ਤੇ ਇੱਕ ਨਵੀਂ ਐਨਰਜੀ ਫਿਰ ਬੱਚਿਆਂ 'ਚ ਵੀ ਭਰਦੀ ਹੈ, ਕਿਉਂਕਿ ਤੁਹਾਡੇ ਇੰਸਟੀਟਿਊਸ਼ਨ ਤੋਂ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਵਧੀਆ ਬੈਂਡ ਲੈ ਕੇ ਔਰ ਉਹ ਕਈ ਫੋਰਨ ਵੀ ਜਾ ਚੁੱਕੇ ਨੇ। ਹਾਂਜੀ, ਇਸ ਚੀਜ਼ ਨੂੰ ਲੈ ਕੇ ਮੈਂ ਬਹੁਤ ਹੰਬਲ ਹਾਂ, ਮੈਂ ਮਤਲਬ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਬੱਚਿਆਂ ਦੀ ਕਿ ਬੜਾ ਜ਼ਿਆਦਾ ਉਹਨਾਂ ਨੇ ਪਿਆਰ ਦਿੱਤਾ ਹੈ। ਜਿਹੜੇ ਹਲੇ ਫੋਰਨ 'ਚ ਵੀ ਬੈਠੇ ਨੇ ਉਹਨਾਂ ਦੇ ਹਲੇ ਤੱਕ ਮੈਨੂੰ ਫੋਨ ਆਉਂਦੇ ਨੇ, ਮੈਮ ਤੁਸੀਂ ਕਿੱਦਾਂ ਹੋ, ਕਿਵੇਂ ਹੈ, ਮੈਂ ਤੁਹਾਡੀ ਇਹ ਗਿਫਟ ਭੇਜ ਰਿਹਾ। ਮਤਲਬ ਉਹ ਚੀਜ਼ ਜਿਹੜੀ ਤੁਹਾਡੇ ਫੇਸ 'ਤੇ ਖੁਸ਼ੀ ਦੇ ਕੇ ਜਾਂਦੀ ਹੈ, ਇਹ ਸਭ ਚੀਜ਼ਾਂ ਨਹੀਂ ਦਿੰਦੀਆਂ। ਜਿਹੜੇ ਇਮੋਸ਼ਨਲੀ ਤੁਹਾਡੇ ਨਾਲ ਉਹ ਕਨੈਕਟ ਹੋ ਜਾਂਦੇ ਨੇ ਬੱਚੇ, ਕਈ ਵਾਰੀ ਨਹੀਂ ਵੀ ਹੁੰਦਾ, ਕਈ ਵਾਰੀ ਜਿਵੇਂ ਬੱਚਿਆਂ ਨੂੰ ਮਤਲਬ ਬੈਂਡ ਸਕੋਰ ਅਗਰ ਘੱਟ ਆ ਜਾਂ ਡੀਮੋਟੀਵੇਟ ਵੀ ਹੋ ਜਾਂਦੇ ਨੇ ਬੱਚੇ, ਲੇਕਿਨ ਕਿਤੇ ਨਾ ਕਿਤੇ ਲੇਟਰ ਔਨ ਉਹ ਸਮਝ ਜਾਂਦੇ ਨੇ ਕਿ ਸਾਡੀ ਭਲਾਈ ਵਾਸਤੇ ਅਗਰ ਮਿਸਟੇਕਸ ਕੱਢੀਆਂ ਨੇ। ਇੱਕ ਮੇਰਾ ਸਟੂਡੈਂਟ ਸੀ ਰਜਤ, ਮੈਨੂੰ ਹਲੇ ਵੀ ਯਾਦ ਹੈ, ਉਹ ਮੈਨੂੰ ਇਹ ਕਹਿੰਦਾ ਹੁੰਦਾ ਸੀ ਕਾਪੀ ਫੜਾ ਕੇ ਇਹਨੂੰ ਮੈਮ ਲਾਲ ਕਰ ਦਿਉ, ਅਤੇ ਕਈ ਬੱਚੇ ਉਹਨੂੰ ਓਫੈਂਸਿਵ ਵੇ ਨਾਲ ਲੈਂਦੇ ਨੇ ਕਿ ਸਾਡੀ ਕਾਪੀ ਰੇਡ ਕਰਤੀ। ਤਾਂ ਹਰ ਬੱਚੇ ਦਾ ਆਪਣਾ ਵੇ ਹੈ, ਫਿਰ ਆਪਾਂ ਬੱਚਾ ਦੇਖ ਕੇ ਉਸ ਹਿਸਾਬ ਨਾਲ ਉਹਨੂੰ ਰਿਸਪੋਂਡ ਕਰਦੇ ਹਾਂ ਕਿ ਹਾਂਜੀ ਕਿਵੇਂ ਚੱਲਣਾ ਚਾਹੀਦਾ। ਮੈਡਮ, ਕੀ ਕਹਿਣਾ ਚਾਹੋਗੇ, ਤੁਸੀਂ ਐਜੂਕੇਸ਼ਨਿਸਟ ਸੀਗੇ, ਤੁਸੀਂ ਮੈਰਿਜ ਤੋਂ ਬਾਅਦ ਦੇ ਵਿੱਚ ਇਹ ਫੀਲਡ ਚੂਜ਼ ਕਰ ਲਿਆ, ਅੱਜ ਲੇਡੀਜ਼ ਆ ਜਿਹੜੀਆਂ ਆਪਣੀ ਮਰਜ਼ੀ ਨੂੰ ਘਰ ਹੀ ਉੱਦਾਂ ਹੀ ਮਤਲਬ ਆਪਣੇ ਨੂੰ ਕਰ ਰਹੀਆਂ ਨੇ। ਕੀ ਕਹਿਣਾ ਚਾਹੋਗੇ, ਜਿੱਦਾਂ ਤੁਸੀਂ ਫਲੋਰਿਸ਼ ਕੀਤਾ, ਅੱਜ ਵੀਰ ਜੀ ਹੋ ਰਹੇ ਉਹ ਵੀ ਨਾਜ਼ ਮਹਿਸੂਸ ਕਰਦੇ ਆ ਇਸ ਗੱਲ ਦਾ ਕਿ ਤੁਸੀਂ ਇਸ ਫੀਲਡ ਦੇ ਵਿੱਚ ਵੀ ਆਪਣਾ ਨਏ ਸੀਗੇ ਫੀਲਡ ਦੇ ਵਿੱਚ, ਈਵਨ ਦੈਨ ਤੁਸੀਂ ਪੂਰਾ ਛੱਕੇ ਲਗਾ ਕੇ ਖੇਲੇ ਹੋ। ਕੀ ਕਹਿਣਾ ਚਾਹੋਗੇ ਕਿ ਲੇਡੀਜ਼ ਨੂੰ ਦੇਸ਼ੋ ਕੋਈ ਨਾ ਕੋਈ ਉਹਨਾਂ ਨੂੰ ਇੰਟੈਂਗਲ ਚਾਹੀਦੀ ਹੈ? ਵੈਲ, ਮੈਂ ਕਹਾਂਗੀ ਕਿ ਮੇਰਾ ਬੈਕਬੋਨ ਸਰ ਨੇ, ਉਹਨਾਂ ਨੇ ਹਮੇਸ਼ਾ ਮੈਨੂੰ ਪੁਸ਼ ਕੀਤਾ ਕਿ ਦਿਸ ਵਾਜ਼ ਹਿਜ਼ ਆਈਡੀਆ। ਮੈਂ ਵੈਸੇ ਇੰਨਾ ਇੰਟਰਸਟਿਡ ਨਹੀਂ ਸੀ ਬਿਜ਼ਨਸ ਵਗੈਰਾ 'ਚ, ਮੈਂ ਜੋਬ ਵਗੈਰਾ ਕਰਕੇ ਵੀ ਬਹੁਤ ਖੁਸ਼ ਸੀ, ਬਟ ਹੀ ਵਾਂਟਡ ਕਿ ਆਪਾਂ ਕੁਛ ਆਪਣਾ ਕਰੀਏ, ਸੋ ਦੈਟ ਇਜ਼ ਹਾਊ ਦਿਸ ਸਟਾਰਟਡ। ਮੈਨੂੰ ਕੀ ਕਹਿਣਾ ਚਾਹੋਗੇ ਕਿ ਜਦੋਂ ਬੱਚੇ ਵਧੀਆ ਬੈਂਡ ਸਕੋਰ ਅਟੇਨ ਕਰ ਜਾਂਦੇ ਆ,
ਆਪਾਂ ਪ੍ਰੋਪਰ ਟਰਾਂਸਪੇਰੈਂਸੀ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਆਪਾਂ ਉਹਨਾਂ ਕੋਲੋਂ ਕੋਈ ਪਰਸਨਲ ਫੀ ਨਹੀਂ ਚਾਰਜ ਕਰਦੇ, ਬਿਲਕੁਲ ਜਿਹੜਾ ਉਹਨਾਂ ਦਾ ਆਉਂਦਾ ਹੈ ਰਿਜ਼ਲਟ ਉਸ ਹਿਸਾਬ ਨਾਲ ਉਹਨਾਂ ਨੂੰ ਆਪਸ਼ਨਸ ਦਿੱਤੇ ਜਾਂਦੇ ਨੇ, ਜਿਸ ਵੀ ਤਰੀਕੇ ਨਾਲ ਅੱਗੇ ਚੂਜ਼ ਕਰਦੇ ਨੇ ਉਸ ਹਿਸਾਬ ਨਾਲ ਆਪਾਂ ਉਹਨਾਂ ਨੂੰ ਗਾਈਡ ਕਰਦੇ ਹਾਂ। ਔਰ ਜਿੱਦਾਂ ਅੱਜ ਇਮੀਗ੍ਰੇਸ਼ਨ ਦੇ ਵਿੱਚ ਹਰ ਬੱਚਾ ਜਿਹੜਾ ਹੈਗਾ ਬਾਹਰ ਜਾਣ ਲਈ ਤਿਆਰ ਹੈ, ਪੇਰੈਂਟਸ ਬੜੇ ਡਰਦੇ ਨੇ, ਕੀ ਚਾਹੀਦਾ ਉਹਨਾਂ ਨੂੰ, ਕੀ ਮਤਲਬ ਕੀ ਚੀਜ਼ ਦਾ ਧਿਆਨ ਰੱਖਣਾ ਹੋ ਜਿਹਦੇ ਨਾਲ ਉਹਨਾਂ ਨੂੰ ਮਤਲਬ ਵਧੀਆ ਨੈਟਵਰਕ ਮਿਲ ਸਕੇ। ਧਿਆਨ ਰੱਖਣ ਦੀ ਸਲਾਹ ਮੈਂ ਤਾਂ ਇਹ ਦਾਂਗੀ ਕਿ ਤਿੰਨ ਚਾਰ ਜਗ੍ਹਾ ਤੋਂ ਪੁੱਛ ਕੇ ਚੱਲਣ, ਜਿਹੜਾ ਉਹਨਾਂ ਨੂੰ ਬੈਸਟ ਆਪਸ਼ਨ ਲੱਗਦਾ ਉਹ ਚੂਜ਼ ਕਰਨ। ਉੱਥੇ ਉਹਨਾਂ ਨੂੰ ਇਹ ਵੀ ਪਤਾ ਚੱਲ ਜਾਏਗਾ ਕਿ ਮੇਰਾ ਜਿੱਥੋਂ ਮੈਂ ਲਗਵਾ ਰਿਹਾ ਵੀਜ਼ਾ ਜਾਂ ਜਿੱਥੋਂ ਮੈਂ ਲਗਵਾ ਰਿਹਾ ਵੀਜ਼ਾ ਉਹ ਕਿੰਨਾ ਕੁ ਜੈਨੂਅਨ ਲੱਗ ਜਾਏਗਾ। ਜਦੋਂ ਤੁਸੀਂ ਬੰਦੇ ਨੂੰ ਟਰਾਂਸਪੇਰੈਂਸੀ ਦਿਓਗੇ ਤਾਂ ਮੈਨੂੰ ਲੱਗਦਾ ਨਹੀਂ ਕਿ ਪੇਰੈਂਟਸ ਡਰਨਗੇ ਉਸ ਚੀਜ਼ ਨੂੰ ਲੈ ਕੇ। ਜਦੋਂ ਤੁਸੀਂ ਹਰ ਇੱਕ ਸਟੈਪ ਉਹਨਾਂ ਦੇ ਸਾਹਮਣੇ ਰੱਖ ਦਿਓ ਕਿ ਅੱਜ ਅਸੀਂ ਇਹ ਕੀਤਾ, ਕੱਲ੍ਹ ਅਸੀਂ ਇਹ ਕਰਾਂਗੇ, ਅੱਜ ਅਸੀਂ ਇਹ ਕਰ ਰਹੇ ਹਾਂ, ਇਹ ਮੇਲ ਆਈ ਹੈ, ਉਹਨਾਂ ਨੂੰ ਹਰ ਚੀਜ਼ ਦੱਸੋਗੇ, ਕਿਉਂਕਿ ਪੇਰੈਂਟਸ ਜਿਹੜੇ ਨੇ ਉਹ ਇੰਨੇ ਨੋਨ ਨਹੀਂ ਨੇ ਇਸ ਫੀਲਡ ਨੂੰ ਲੈ ਕੇ, ਅਤੇ ਜਦੋਂ ਤੁਸੀਂ ਟਰਾਂਸਪੇਰੈਂਸੀ ਰੱਖਦੇ ਉਹਨਾਂ ਦੇ ਸਾਹਮਣੇ ਉਹ ਕਨੈਕਟਡ ਫੀਲ ਕਰਦਾ ਹੈ। ਮੇਨ ਤਾਂ ਹਰ ਕੋਈ ਇਹੀ ਚਾਹੁੰਦਾ ਕਿ ਸਾਨੂੰ ਪਤਾ ਹੋਏ ਹੋ ਕੀ ਰਿਹਾ। ਥੈਂਕ ਯੂ। ਥੈਂਕ ਯੂ ਸਰ। ਬੇਟਾ ਕੀ ਕਹਿਣਾ ਚਾਹੋਗੇ ਕਿ ਇੰਸਟੀਟਿਊਸ਼ਨ ਜਿਹੜੀ ਇੰਗਲਿਸ਼ ਵਾਰ ਇੱਕ ਸਾਲ ਦੇ ਵਿੱਚ ਹੀ ਰੇਟਿੰਗ ਆ ਜਿਹੜੀ ਥਰਡ ਦੇ ਉੱਤੇ ਆ ਚੁੱਕੀ ਹੈਗੀ ਆ, ਗੂਗਲ ਦੇ ਵਿੱਚ ਸਭ ਤੋਂ ਉੱਪਰ ਅਗਰ ਆਪਾਂ ਖੋਲਦੇ ਹੈਗੇ ਹਾਂ ਤਾਂ ਆਉਂਦਾ, ਕੀ ਕਾਰਨ ਆ, ਕਿੱਦਾਂ ਤੁਸੀਂ ਡਿਲੀਵਰ ਕਰ ਰਹੇ ਹੋ, ਕਿੱਦਾਂ ਤੁਸੀਂ ਬੱਚਿਆਂ ਨੂੰ ਪੜ੍ਹਾ ਰਹੇ ਹੋ, ਕਿੱਦਾਂ ਉਹਨਾਂ ਦੇ ਵਿੱਚ ਇੱਕ ਐਸੀ ਭਾਵਨਾ ਪੈਦਾ ਕਰ ਰਹੇ ਹੋ ਕਿ ਉਹਨਾਂ ਦੇ ਰਿਜ਼ਲਟ ਸਿਰਫ ਵਧੀਆ ਦੇ। ਆਈ ਵੁੱਡ ਸੇ ਪਰਸਨਲ ਅਟੈਂਸ਼ਨ ਇਸ ਦੀ ਪੁਆਇੰਟ ਜੋ ਸਭ ਤੋਂ ਡਿਫਰ ਕਰਦਾ ਹੈ। ਐਂਡ ਐਸ ਫਾਰ ਐਸ ਯੂਅਰ ਫੈਮਿਲੀ ਇਜ਼ ਕਨਸਰਨ, ਤੁਸੀਂ ਤਿੰਨ ਜਾਣੇ ਆਪਣੀ ਫੈਮਿਲੀ ਦੇ ਇੱਥੇ ਰਾਊਂਡ ਦੀ ਕਲੋਕ ਰਹਿੰਦੇ ਹੋ ਔਰ ਬਹੁਤ ਹਰ ਚੀਜ਼ ਨੂੰ ਦੇਖਦੇ ਹੋ, ਚਾਹੇ ਬੱਚਿਆਂ ਦੀ ਸਿਕਿਉਰਿਟੀ ਦੀ ਗੱਲ ਹੋਵੇ, ਚਾਹੇ ਬੱਚਿਆਂ ਨੂੰ ਕਿਸੇ ਪ੍ਰੋਬਲਮ ਦੀ ਗੱਲ ਹੋਵੇ, ਐਂਡ ਯੂ ਆਰ ਆਲਵੇਸ ਰੈਡੀ ਫਾਰ ਦੇਅਰ ਹੈਲਪ। ਡੈਫੀਨੇਟਲੀ ਯੂ ਆਰ ਆਲਵੇਸ ਦੇਅਰ ਫਾਰ ਦੈਮ ਵੈਨੇਵਰ ਦੇ ਨੀਡ ਅਸ। ਵੀ ਪ੍ਰੋਵਾਈਡ ਦੈਮ ਐਕਸਟਰਾ ਕਲਾਸਿਸ ਆਲਸੋ ਐਂਡ ਐਕਸਟਰਾ ਮਟੀਰੀਅਲ ਇਫ ਦੇ ਨੀਡ। ਐਂਡ ਐਸ ਫਾਰ ਐਸ ਯੂਰ ਮਾਈਂਡਸੈਟ ਆਰ ਕਨਸਰਨਡ, ਜਿੱਦਾਂ ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਕਰ ਲਈਏ, ਉਹਨਾਂ ਦੀ ਜਨਰਲ ਨੌਲੇਜ ਦੀ ਗੱਲ ਕਰ ਲਈਏ ਬੱਚਿਆਂ ਦੀ, ਕਿ ਸਰ ਜਿਹੜੇ ਤੁਹਾਨੂੰ ਸੁਬਹਾ ਕੌਂਸਲ ਕਰਦੇ ਵੀ ਨਹੀਂ ਆਪਾਂ ਬੜੇ ਔਖੇ ਪੈਸੇ ਇਹਨਾਂ ਦੇ ਬੱਚਿਆਂ ਦੇ ਜਿਹੜੇ ਇੰਨੀ ਔਖਿਆਈ ਦੇ ਵਿੱਚ ਲੈ ਕੇ ਆਉਂਦੇ ਆ, ਔਰ ਉਸ ਚੀਜ਼ ਨੂੰ ਦੇਖ ਕੇ ਤੁਸੀਂ ਇੱਥੇ ਕੋਈ ਟਾਈਮ ਬਾਹਰ ਨਹੀਂ ਰੱਖਿਆ, ਐਂਡ ਕਲਾਸਿਸ ਆਰ ਅਪ ਟੂ 5 ਆਫ ਕਲੋਕ ਕਹਿੰਦੀ ਵੀ ਨਹੀਂ। ਐਗਜੈਕਟਲੀ, ਬਿਕੋਜ਼ ਪਰਸਨਸ ਹੂ ਰਿਕੁਆਇਰ ਐਕਸਟਰਾ ਕਲਾਸਿਸ ਵੀ ਆਰ ਪ੍ਰੋਵਾਈਡਿੰਗ ਦੇਮ, ਐਂਡ ਦ ਵਨਸ ਹੂ ਆਰ ਓਕੇ ਵਿਦ 2 ਓਕਲੋਕ ਟਾਈਮਿੰਗਸ, ਦੇ ਕੈਨ ਗੋ ਬੈਕ ਹੋਮ ਐਂਡ ਦੇ ਕੈਨ ਪ੍ਰੈਕਟਿਸ ਔਨ ਦੇਅਰ ਓਨ, ਸੋ ਇਟਸ ਵੈਰੀ ਫਲੈਕਸੀਬਲ ਇਨ ਅਦਰ ਟਰਮਸ ਵੀ ਕੈਨ ਸੇ। ਐਂਡ ਐਸ ਫਾਰ ਐਸ ਇੰਗਲਿਸ਼ ਸਪੀਕਿੰਗ ਇਜ਼ ਕਨਸਰਨਡ, ਯੂ ਮੇਕ ਵਟਸਐਪ ਗਰੁੱਪਸ, ਯੂ ਆਫਨ ਗਾਈਡ ਦੈਮ ਦੈਟ ਦੇਅਰ ਫਲੋ ਇਜ਼ ਇਨਕਰੀਜ਼ਿੰਗ ਇਨ ਦੈਟ ਵੇ। So for that we are motivating them and encouraging them to speak English all the time. So I think that is the key way in which we can actually make them speak in English in a better way.